ਅਸੀਂ ਪਹਿਲਾਂ ਟਿੱਕੀ ਆਰਡਰ ਕੀਤੀ ਸੀਗੀ ਚਨਾ ਟਿੱਕੀ ਹੈ ਨਾ ਚਨਾ ਟਿੱਕੀ ਬਹੁਤ ਜ਼ਿਆਦਾ ਸਵਾਦ ਸੀਗੀ ਉਸ ਤੋਂ ਬਾਅਦ ਅਸੀਂ ਚਾਂਪ ਆਰਡਰ ਕੀਤੀ ਮਲਾਈ ਚਾਂਪ ਜਿਹੜੀ ਕਿ ਵੈਜ ਬਟਰ ਚਿਕਨ ਦੇ ਨਾਮ ਤੋਂ ਇਹ ਕਹਿੰਦੇ ਨੇ ਕਿ ਵੈਜੀਟੇਰੀਅਨ ਦਾ ਬਟਰ ਚਿਕਨ ਬਹੁਤ ਜ਼ਿਆਦਾ ਸਵਾਦ ਸੀਗੀ ਮੈਂ ਪਹਿਲੀ ਵਾਰ ਟਰਾਈ ਕੀਤੀ ਇਹਨਾਂ ਕੋਈ ਆਏ अच्छा जी मैंने बहुत बढ़िया लगी ते वो ग्रेवी सी सब रोटी ने बटर नान में खाधी नहीं नहीं ऐसी वैसी खाधी सी रोकी बहुत ज्यादा स्वाद लगी सानू अच्छा सो स्नेह मैम वेज बटर चिकन दे नाल नाल आ भी सब्जी मैनू बहुत सोहनी लग रही है जिहड़ी कि मैं ज्यादातर नहीं देखी हुई सो इहदा की नाम है की बना के लैके जा रहे हो पनीर बटर मसाला हर रेस्टोरेंट विच हुंदा है बट हर रेस्टोरेंट दा तरीका अलग हुंदा है सो मैडम की ऑर्डर आया एक्चुअली डाइन इन ਹੈਗਾ ਤਾਂ ਡਿਨਰ ਪਲੇਟ ਡਿਨਰ ਲਈ ਆਰਡਰ ਕੀਤਾ ਉਹਨਾਂ ਨੇ ਫੈਮਿਲੀ ਨਾਲ ਆਏ ਸੀ ਅੱਛਾ ਪਹਿਲੀ ਵਾਰੀ ਆਏ ਆ ਅੱਛਾ ਜੀ ਤੇ ਸਾਰਾ ਕੁਝ ਨਾਨ ਬਹੁਤ ਜ਼ਿਆਦਾ ਵਧੀਆ ਸੀ ਉਹਨਾਂ ਦੇ ਬਹੁਤ ਜ਼ਿਆਦਾ ਵਧੀਆ ਬਾਕੀ ਅਸੀਂ ਮਿਕਸ ਵੈਜ ਕੀਤੀ ਮਿਕਸ ਵੈਜ ਕੈਸੀ ਸੀ ਹਾਂਜੀ ਮਿਕਸ ਵੈਜ ਤਾਜ਼ੀ ਬਣਾਈ ਇਹਨਾਂ ਨੇ ਹਰ ਚੀਜ਼ ਫਰੈਸ਼ ਬਣੀ ਹੋਈ ਹੈ ਤੇ ਕੋਈ ਇਦਾਂ ਦਾ ਮੈਨੂੰ ਲੱਗਿਆ ਨਹੀਂ ਵੀ ਕੋਈ ਬਾਸੀ ਹੋਊ ਫਰੋਜ਼ਨ ਹੈ ਜਾਂ ਕੋਈ ਦੂਜੀ ਚੀਜ਼ ਨਹੀਂ ਸੀ ਬਹੁਤ ਜ਼ਿਆਦਾ ਵਧੀਆ ਤੇ ਸ਼ਾਹੀ ਪਨੀਰ ਸੀਗਾ ਇੱਕ ਵਿੱਚ ਸ਼ਾਹੀ ਪਨੀਰ ਬਹੁਤ ਜ਼ਿਆਦਾ ਸਵਾਦ ਸੀ ਸਾਰਾ ਕੁਝ ਸਾਰਾ ਸਵਾਦ ਸੀਗਾ सो लोकेशन है विरासत रेस्टोरेंट सो इन्हें कस्टमर्स ओवरऑल अच्छा रहा एक्सपीरियंस बहुत ज्यादा बढ़िया लोगों ने रिकमेंड करोगे हां जी क्वांटिटी भी बहुत ज्यादा हैगी है क्वांटिटी डिसेंट अच्छी सी हां जी नाल बिल्कुल फ्रेश हैगा कोई इदा नहीं भी पहला बनया थैंक यू भाई थैंक यू